ਵਿਧਾਨ ਸਭਾ ਹਲਕਾ ਪੱਟੀ ਦੇ ਕੁੱਲਾ ਚੌਂਕ ਵਿਖੇ ਇੱਕ ਕੁੜੀ ਨੂੰ ਪੰਜ ਮੁੰਡਿਆਂ ਦੇ ਵੱਲੋਂ ਅਗਵਾ ਕਰਕੇ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਆ ਰਹੇ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰ ਦੇ ਪ੍ਰਧਾਨ ਚੇਤਨ ਸਿੰਘ ਨੇ ਕੁੜੀ ਦੀ ਮਦਦ ਕੀਤੀ ਅਤੇ ਕੁੜੀ ਨੂੰ ਛੁਡਵਾਇਆ, ਪਰ ਜੋ ਨੌਜਵਾਨ ਗੱਡੀ ਲੈ ਕੇ ਕੁੜੀ ਨੂੰ ਅਗਵਾ ਕਰ ਰਹੇ ਸੀ ਤਾਂ ਉਨ੍ਹਾਂ ਪਾਸੋਂ ਚੇਤਨ ਸਿੰਘ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਆਂ ਲੱਗਣ ਦੇ ਨਾਲ ਚੇਤਨ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਜਦ ਇਸ ਘਟਨਾ ਦਾ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਦੇ ਉੱਤੇ ਪੁੱਜੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਂ ਆਪਣੇ ਨਿੱਜੀ ਕੰਮ ਪੱਟੀ ਆਇਆ ਸੀਗਾ। ਪੱਟੀ ਤੋਂ ਮੈਂ ਪੈਦਲ ਥੋੜ੍ਹਾ ਜਿਹਾ ਜਾ ਰਿਹਾ ਸੀ ਬੱਸ ਫੜਨ ਵਾਸਤੇ, ਤਾਂ ਮੈਂ ਅੱਗੇ ਚੌਕ 'ਚ ਕੀ ਦੇਖਦਾ ਕਿ ਇੱਕ ਗੱਡੀ ਖੜ੍ਹੀ ਆ, ਉਹ 'ਚੋਂ ਇੱਕ ਮੁੰਡਾ ਉਤਰਿਆ, ਉਹਨੇ ਇੱਕ ਕੁੜੀ ਨੂੰ ਫੜ ਕੇ ਗੁਲਾਮੇ ਤੋਂ ਕਾਰ 'ਚ ਸੁੱਟਿਆ। ਕਾਰ 'ਚ ਅੱਗੇ ਚਾਰ ਮੁੰਡੇ ਪਹਿਲਾਂ ਬੈਠੇ ਸੀ, ਪੰਜਵਾਂ ਉਹ ਮੁੰਡਾ ਸੀ। ਜਦ ਮੈਂ ਦੇਖਿਆ ਉਹ ਕੁੜੀ ਦੇ ਲੱਤਾਂ ਮਾਰ ਰਿਹਾ ਸੀ ਢਿੱਡ 'ਚ, ਅਤੇ ਉਹਨੂੰ ਚੁੱਕ ਕੇ ਜਾ ਰਿਹਾ ਸੀ। ਮੈਂ ਉਹਨੂੰ ਕਿਹਾ, ਮੈਂ ਬੇਟਾ ਕਿਉਂ ਚੱਕੀ ਜਾ ਰਿਹਾ ਨੂੰ? ਉਹ ਕਹਿੰਦਾ ਇਹ ਸਾਡਾ ਆਪਦਾ ਮਾਮਲਾ ਹੈ, ਵੀ ਤੁਸੀਂ ਵਿੱਚ ਨਾ ਕਰੋ। ਮੈਂ ਕੁੜੀ ਨੂੰ ਮੈਂ ਵੀ ਕੁੜੀ ਨਾਲ ਇਹ ਜ਼ਰੂਰ ਕੋਈ ਵਧੀ ਕੀ ਕਰਨਗੇ, ਕਿਉਂ ਪਹਿਲਾਂ ਕਿੰਨੇ ਰੇਪ ਦੇ ਕੇਸ ਹੋ ਗਏ, ਵੀ ਇਹ ਜ਼ਰੂਰ ਕੋਈ ਇਹੋ ਜਿਹੀ ਗੱਲਬਾਤ ਕਰਨਗੇ। ਮੈਂ ਉਹ ਕੁੜੀ ਨੂੰ ਫੜ ਕੇ ਗੱਡੀ 'ਚੋਂ ਬਾਹਰ ਕੱਢ ਲਿਆ, ਤਾਂ ਇਸੇ ਦੌਰਾਨ ਉਹਨਾਂ ਨੇ ਜਦੋਂ ਉਹਨਾਂ ਨੇ ਦੇਖਿਆ ਵੀ ਕੁੜੀ ਛੁਡਾ ਕੇ ਲੈ ਗਿਆ, ਤਾਂ ਉਹਨਾਂ ਨੇ ਦੋ ਫਾਇਰ ਮੇਰੇ 'ਤੇ ਕੀਤੇ ਆ ਜੀ, ਦੋ ਫਾਇਰ, ਪੰਜ ਜਣੇ ਸੀ ਜੀ। ਮੇਰੇ ਇੱਕ ਨੈੱਕ ਨੂੰ, ਇੱਕ ਮੇਰੇ ਸ਼ੋਲਡਰ। ਮੰਗ ਤਾਂ ਇਹ ਹੈ ਜੀ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਾ ਇਹ ਤਾਂ ਸਰਿਆਮ ਮੇਰਾ ਕਤਲ ਹੀ ਹੋਏਗਾ ਸਮਝੋ ਕਿ ਕਿਸਮ ਦਾ, ਜਾਂ ਮੇਰੇ 'ਤੇ ਦੋ ਫਾਇਰ ਉਹਨਾਂ ਨੇ ਬਿਨਾਂ ਸੋਚੇ ਸਮਝੇ ਮੇਰੇ 'ਤੇ ਦੋ ਫਾਇਰ ਕੱਢਤੇ। ਪਤਾ ਨਹੀਂ ਕੀ ਗੱਲ ਹੈ, ਕਿਉਂ ਇੰਨਾ ਉਹਨਾਂ 'ਚ ਇੰਨੀ ਕਿੰਨੀ ਕੱਗ ਸੀ ਕਿ ਉਹਨਾਂ ਨੇ। ਮੈਂ ਤਾਂ ਦੇਖੋ ਜੀ ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਸਾਡੀ ਬੱਚੀ ਆ ਉਹ, ਕੋਈ ਵੀ ਹੋਊਗਾ ਮੇਰੀ ਜਾਨ ਚਲੀ ਜਾਵੇ, ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਉਹ ਕੁੜੀ ਦੀ ਜਾਨ ਬਚਾ ਤੀ। ਮੈਨੂੰ ਇੰਨੀ ਇੱਕ ਬਹੁਤ ਵੱਡੀ ਖੁਸ਼ੀ ਹੈ ਕਿ ਮੇਰੀ ਜਾਨ ਚਾਹੇ ਚਲੀ ਜਾਵੇ, ਪਰ ਉਹ ਕੁੜੀ ਨੂੰ ਬਚਾਉਣ 'ਚ ਮੈਂ ਜ਼ਰੂਰ ਕਾਮਯਾਬ ਹੋ ਜੀ। ਮੈਂ ਆਮ ਆਦਮੀ ਪਾਰਟੀ ਨਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਪਟਿਆਲੇ ਤੋਂ। ਮੇਰਾ ਨਾਮ ਦੀਪਕਾ, ਦੀਪਕਾ ਹਰਿਮਕਾ, ਮੈਂ ਹਰੀਕੇ ਦੀ ਰਹਿਣ ਵਾਲੀ ਹਾਂ। ਮੈਂ ਕੁੱਲਾ ਚੌਂਕ ਵਿੱਚ ਖੜੀ ਸੀਗੀ, ਮੀਨਸ ਕਿ ਆਧਾਰ ਕਾਰਡ ਠੀਕ ਕਰਵਾਉਣ ਪੱਟੀ ਆਈ ਸੀ ਕੁੱਲਾ ਚੌਂਕ ਖੜੀ ਸੀਗੀ, ਅਤੇ ਕੁਝ ਗੱਡੀ ਦੇ ਮੁੰਡੇ ਆਏ ਤਾਂ ਮੈਨੂੰ ਨਾ ਮੀਨਸ ਕਿ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ, ਅਤੇ ਅੰਕਲ ਨੇ ਦੇਖ ਲਿਆ ਅਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਉਹਨਾਂ ਨੇ ਮੀਨਸ ਕਿ ਉਹਨਾਂ ਮੈਨੂੰ ਖਿੱਚ ਕੇ ਜਦੋਂ ਗੱਡੀ 'ਚੋਂ ਬਾਹਰ ਨਿਕਾਲਿਆ ਨਾ, ਉਹਨਾਂ ਗੱਡੀ 'ਚੋਂ ਬਾਹਰ ਕੱਢ ਲਿਆ ਮੈਨੂੰ, ਅਤੇ ਬਾਅਦ ਵਿੱਚ ਉਹਨਾਂ ਮੁੰਡਿਆਂ ਨੇ ਗੋਲੀ ਚਲਾ ਦਿੱਤੀ, ਅੰਕਲ ਨੂੰ ਗੋਲੀ ਲਾ ਦਿੱਤੀ। ਸਾਡੇ ਪਟਿਆਲਾ ਜ਼ਿਲ੍ਹੇ ਤੋਂ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਚੇਤਨ ਸਿੰਘ ਜੀ, ਅੱਜ ਉਹ ਪੱਟੀ ਆਪਣੇ ਕਿਸੇ ਨਿੱਜੀ ਕੰਮ ਦੇ ਆਏ ਸੀ, ਅਤੇ ਉੱਥੇ ਉਹਨਾਂ ਦੇਖਿਆ ਕਿ ਕੁਝ ਪੰਜ ਜਿਹੜੇ ਮੁੰਡੇ ਨੇ ਉਹ ਕੁੜੀ ਨੂੰ ਚੁੱਕ ਕੇ ਗੱਡੀ ਦੇ ਵਿੱਚ ਕਿਡਨੈਪ ਕਰ ਰਹੇ ਆ, ਅਤੇ ਉਹਨਾਂ ਨੇ ਉਹਨਾਂ ਨੂੰ ਕੁੜੀ ਨੂੰ ਜਿਹੜਾ ਛਡਾਉਣਾ ਚਾਹਿਆ, ਅਤੇ ਜਦੋਂ ਕੁੜੀ ਨੂੰ ਛਡਾ ਰਹੇ ਤਾਂ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਪਿਸਤੌਲ ਕੱਢ ਕੇ ਜਿਹੜਾ ਉਹਨਾਂ ਦੇ ਗੋਲੀਆਂ ਮਾਰਤੀਆਂ, ਦੋ ਗੋਲੀਆਂ ਲੱਗੀਆਂ ਨੇ ਉਹਨਾਂ ਦੇ। ਅਤੇ ਪੱਟੀ ਦੀ ਗੱਲ ਹੈ, ਕੁੱਲਾ ਚੌਂਕ ਦੇ ਵਿੱਚ ਇਹ ਜਿਹੜੀ ਸਾਰੀ ਘਟਨਾ ਉਹ ਹੋਈ ਹੈ। ਨਹੀਂ ਇਹ ਤਾਂ ਜੀ ਵੇਖੋ, ਇਹ ਪਟਿਆਲੇ ਦੇ ਨੇ, ਇਹਨਾਂ ਦੇ ਇੱਕ ਮਤ ਕੀਤੀ ਵੀ ਕਿਸੇ ਦੇ ਧੀ ਭੈਣ ਨੂੰ ਚੁੱਕ ਕੇ, ਹੁਣ ਵੇਖੋ ਅੱਗੇ ਵੀ ਕਿੰਨੇ ਬਲਾਤਕਾਰ ਹੋਏ ਆ ਇਸੇ ਕਰਕੇ ਚੁੱਕ ਰਹੇ ਸੀ। ਸੋ ਇਹ ਜਿਹੜਾ ਸਾਡਾ ਪੰਜਾਬ ਹੈ, ਕਹਿ ਲਿਆ ਜਾਵੇ ਖਾਸ ਤੌਰ 'ਤੇ ਤਰਨ ਤਾਰਨ ਜ਼ਿਲ੍ਹਾ ਹੈ, ਅਤੇ ਯੂਪੀ ਬਣਿਆ ਪਿਆ, ਕਦੇ ਕੋਈ ਲੜਾਈ ਹੋ ਜਾਂਦੀ ਹੈ, ਕਦੇ ਕਿਸੇ ਦੇ ਗੋਲੀਆਂ ਵੱਜ ਜਾਂਦੀਆਂ ਨੇ, ਬਿਲਕੁਲ ਜਿਹੜਾ ਇੱਥੋਂ ਇਹ ਜਿਹੜਾ ਸਥਿਤੀ ਹੈ ਕਾਨੂੰਨ ਦੀ ਉਹ ਡਗਮਾਈ ਪਈ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਸਾਡੇ ਜ਼ਿਲ੍ਹਾ ਪ੍ਰਧਾਨ 'ਤੇ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ, ਨਹੀਂ ਤਾਂ ਅਸੀਂ ਜਿਹੜਾ ਇਹਦੇ ਲਈ ਪੂਰਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ। ਇੱਕ ਨਾ ਲੜਕੀ ਆ ਹਰੀਕੇ ਦੀ ਸੀ, ਅਤੇ ਉਹ ਲੜਕੇ ਵੀ ਹਰੀਕੇ ਦੇ ਹੀ ਜਿਹੜੇ ਕਾਰ 'ਤੇ ਆਏ, ਚਾਰ ਪੰਜ ਜਾਣੇ, ਪੰਜ ਵੈਰੀਫਾਈ ਕਰਦੇ ਕਿੰਨੇ ਆ, ਅਤੇ ਉਹਨਾਂ ਨੇ ਕੋਈ ਲੜਕੀ ਨਾਲ ਜਿਹੜੀ ਹੋਈ ਤਕਰਾਰ ਬਾਈ ਜਾਣ ਨੂੰ ਅਗਵਾਹ ਕਰ ਲਗੇ ਕੀ ਆ, ਉਹ ਇਸ ਸੱਚੋ ਮੌਕੇ 'ਤੇ ਪਹੁੰਚ ਗਿਆ, ਵੈਰੀਫਾਈ ਕਰ ਰਿਹਾ। ਇਹ ਬੰਦਾ ਜਿਹੜਾ ਸੀ ਚੇਤਨ ਸਿੰਘ, ਇਹ ਗਾਂ ਉਹਨਾਂ ਦੀ ਹੈਲਪ ਵਾਸਤੇ ਆਇਆ ਸੀ, ਇਹ ਉਹਦੀ ਲੜਕੀ ਇਹ ਕਿਉਂ ਰੌਲਾ ਪਾ ਰਿਹਾ, ਤਾਂ ਇੱਕ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਫਾਇਰ ਕੀਤੇ ਨੇ, ਤਾਂ ਇਹਦੇ ਚੇਤਨ ਸਿੰਘ ਦੇ ਲੱਗਾ,
ਬਾਕੀ SHO ਮੌਕੇ 'ਤੇ ਆ, ਉਹ ਵੈਰੀਫਾਈ ਕਰ ਰਿਹਾ ਵੀ ਕੀ ਗੱਲ ਆ। ਇਹਨਾਂ ਵੀ ਟਰੇਸ ਹੋ ਗਿਆ ਵੀ ਲੜਕੀ ਵੀ ਹਰੀਕੇ ਦੀ ਅਤੇ ਮੁੰਡੇ ਵੀ ਹਰੀਕੇ ਦੇ ਹਾਂ, ਅਤੇ SHO ਇਹ SHO ਮੌਕੇ 'ਤੇ ਆ, ਜਾ ਕੇ ਪੂਰਾ ਡਿਟੇਲ ਦਏਗਾ ਵੀ ਕੀ ਇਹਨਾਂ ਨੇ ਕੀ ਕਹਾਣੀ ਆ। ਹਥਿਆਰ ਬਿਲਕੁਲ ਅਸੀਂ ਕਲੀਅਰ ਕੱਟ ਕੀਤਾ ਵੀ 100% ਜਮ੍ਹਾਂ ਕਰਾਉਣੇ ਆ ਔਰ ਕਰ ਰਹੇ ਹਾਂ ਸਾਰੇ, ਸਾਡੇ SHO ਨੂੰ ਬਿਲਕੁਲ ਦਾ ਸਾਰਾ 100% ਕਰਨੇ ਆ। ਔਰ ਬਿਲਕੁਲ ਜੋ ਕਾਨੂੰਨ ਕਾਰਵਾਈ ਆ ਬਣੇਗੀ ਜੋ ਵੀ ਆ, SHO ਮੌਕੇ 'ਤੇ ਵੈਰੀਫਾਈ ਕਰ ਰਿਹਾ, ਜੋ ਵੀ ਜਿਹੜਾ ਕਾਨੂੰਨ ਕਾਰਵਾਈ ਆ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।